ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਦਸਤਕ ਦੇ ਰਹੀ ਹੈ ਸੁਸ਼ੀਲ ਕੁਮਾਰ ਰਿੰਕੂ। ਉਹ ਨਾਮ ਜੋ ਕਾਂਗਰਸ ਤੋਂ ਆਮ ਆਦਮੀ ਪਾਰਟੀ ਨਾਲ ਜੁੜਦਾ ਹੈ ਤੇ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ। ਹਾਲਾਂਕਿ ਉਹ ਤਾਂ ਉਮੀਦਵਾਰ ਵੀ ਬਣ ਚੁੱਕੇ ਸਨ ਜਲੰਧਰ ਸੀਟ ਤੋਂ, ਲੋਕ ਸਭਾ ਸੀਟ ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਉਹਨਾਂ ਵਿੱਚੋਂ ਇੱਕ ਸੁਸ਼ੀਲ ਕੁਮਾਰ ਰਿੰਕੂ ਵੀ ਸਨ। ਪਰ ਹੁਣ ਖਬਰ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਵੀ ਛੱਡ ਚੁੱਕੇ ਨੇ ਤੇ ਭਾਜਪਾ ਦੇ ਵਿਹੜੇ ਜਾ ਕੇ ਸ਼ਾਮਲ ਹੋਏ ਨੇ। ਸੁਸ਼ੀਲ ਕੁਮਾਰ ਰਿੰਕੂ ਉਹ ਨਾਮ ਹੈ ਜਦੋਂ ਕਾਂਗਰਸ ਵਿੱਚ ਹੁੰਦੇ ਸਨ ਤੇ ਜਦੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਵੱਲ ਲੀਡਰ ਜਾ ਰਹੇ ਸਨ ਤੇ ਉਹਨਾਂ ਨੇ ਇੱਕ ਭਾਸ਼ਣ ਦਿੱਤਾ ਜੋ ਕਿ ਬਾਅਦ ਵਿੱਚ ਸੁਰਖੀਆਂ ਵੀ ਬਣ ਗਿਆ, ਜਿਸ ਵਿੱਚ ਉਹ ਕਹਿੰਦੇ ਸਨ ਕਿ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਜਿੰਨੇ ਗਦਾਰ ਨੇ ਪਾਰਟੀ ਨਾਲ ਗਦਾਰੀ ਕਰ ਰਹੇ ਨੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ, ਉਹਨਾਂ ਦੀਆਂ ਫੋਟੋਆਂ ਲਾ ਦਿੱਤੀਆਂ ਜਾਣ, ਉਹਨਾਂ ਦੇ ਨਾਮ ਲਿਖ ਦਿੱਤੇ ਜਾਣ ਤੇ ਬਾਅਦ ਵਿੱਚ ਕੀ ਹੁੰਦਾ ਜਦੋਂ ਜਿਮਣੀ ਚੋਣ ਆਉਂਦੀ ਹੈ ਜਲੰਧਰ ਦੀ ਤਾਂ ਉਦੋਂ ਖੁਦ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਨੂੰ ਛੱਡ ਜਾਂਦੇ ਨੇ ਤੇ ਫਿਰ ਉਹਨਾਂ ਉੱਤੇ ਸਵਾਲ ਉੱਠੇ ਕਿ ਹੁਣ ਕੀ ਉਹਨਾਂ ਦੀ ਵੀ ਉਸ ਸੂਚੀ ਵਿੱਚ ਜਿਹੜੀ ਆ ਫੋਟੋ ਸ਼ਾਮਲ ਕਰ ਲਈ ਜਾਵੇ, ਨਾਮ ਸ਼ਾਮਲ ਕਰ ਲਿਆ ਜਾਵੇ। ਗੱਲ ਇੱਥੇ ਨਹੀਂ ਰੁਕਦੀ, ਫਿਰ ਜਿਮਣੀ ਚੋਣੋਂ ਜਿੱਤ ਜਾਂਦੇ ਨੇ ਤੇ ਇਕਲੌਤੇ ਲੋਕ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਥੋੜ੍ਹੇ ਸਮੇਂ ਦੇ ਲਈ ਉਹ ਜਿਹੜੀਆਂ ਨੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਜਾਂਦੇ ਨੇ, ਹਾਲਾਂਕਿ ਕਾਂਗਰਸ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ। ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਲਗਾਤਾਰ ਚੱਲਦੇ ਨੇ। ਪਿਛਲੇ ਦਿਨਾਂ ਵਿੱਚ ਵੀ ਇੱਕ ਵਾਰੀ ਚਰਚਾ ਸਾਹਮਣੇ ਆਈ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਉਂਗਰਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਾਇਦ ਭਾਜਪਾ ਵੱਲ ਜਾ ਰਹੇ ਨੇ, ਪਰ ਥੋੜ੍ਹੇ ਹੀ ਸਮੇਂ ਬਾਅਦ MLA ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜੋ ਸ਼ੀਤਲ ਉਂਗਰਾਲ ਉਹ ਸਾਹਮਣੇ ਆ ਜਾਂਦੇ ਨੇ ਮੀਡੀਆ ਦੇ, ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਅਫਵਾਹ ਫਲਾਈ ਜਾ ਰਹੀ ਹੈ ਔਰ ਵਿਰੋਧੀ ਡਰੇ ਹੋਏ ਨੇ ਆਮ ਆਦਮੀ ਪਾਰਟੀ ਤੋਂ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਫਿਰ ਸੁਸ਼ੀਲ ਕੁਮਾਰ ਰਿੰਕੂ ਵੀ ਥੋੜ੍ਹੇ ਸਮੇਂ ਬਾਅਦ ਜਿਹੜੇ ਆ ਇੱਕ ਪੋਸਟ ਪਾਉਂਦੇ ਨੇ ਸਾਹਮਣੇ ਆਉਂਦੇ ਨੇ ਔਰ ਉਸਦੇ ਵਿੱਚ ਦੱਸਦੇ ਨੇ ਕਿ ਉਹ ਨਹੀਂ ਛੱਡ ਰਹੇ ਆਮ ਆਦਮੀ ਪਾਰਟੀ ਨੂੰ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਵੀ ਉਦੋਂ ਕੀਤਾ ਜਦੋਂ ਟਿਕਟ ਦਿੱਤੀ ਗਈ। ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਅਚੇਚੇ ਤੌਰ ਦੇ ਉੱਤੇ ਜਾਂਦੇ ਨੇ ਤੇ ਔਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਮਿਲਣੀ ਵੀ ਹੁੰਦੀ ਹੈ। ਉਹ ਬੈਠਕ ਇਸ ਸੰਕੇਤ ਲਈ ਦਿੱਤੀ ਜਾਂਦੀ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਨਹੀਂ ਛੱਡ ਰਹੇ, ਪਰ ਉਹ ਮੁਲਾਕਾਤ ਵੀ ਕੰਮ ਨਾ ਆਈ ਮੁੱਖ ਮੰਤਰੀ ਦੀ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਹੁਣ ਭਾਜਪਾ ਦਾ ਪੱਲਾ ਫੜ ਲਿਆ। ਇਹ ਤੁਹਾਡੇ ਨਾਲ ਖਬਰ ਉਸ ਵੇਲੇ ਸਾਂਝੀ ਕਰ ਰਹੇ ਹਾਂ ਜਦੋਂ 4 ਦਿਨ ਪਹਿਲਾਂ ਗ੍ਰਿਫਤਾਰੀ, 5 ਦਿਨ ਪਹਿਲਾਂ ਹੁੰਦੀ ਹੈ ਅਰਵਿੰਦ ਕੇਜਰੀਵਾਲ ਦੀ ਤੇ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਨੇ ਉਹਨਾਂ ਆਗੂਆਂ ਵਿੱਚੋਂ ਇੱਕ ਸਨ ਜਿਹੜੇ ਕਹਿ ਰਹੇ ਸੀ ਕਿ ਕੇਂਦਰ ਦਾ ਧੱਕਾ ਹੈ, ਸਾਡੇ ਸੁਪਰੀਮੋ ਦੇ ਖਿਲਾਫ ਅਸੀਂ ਚੱਲਣ ਨਹੀਂ ਦੇਵਾਂਗੇ। ਰੋਸ ਮੁਜ਼ਾਹਰੇ ਕੀਤੇ, ਉਹਨਾਂ ਨੇ ਕਈ ਮੀਡੀਆਦਾਰਿਆਂ ਨਾਲ ਗੱਲਬਾਤ ਕੀਤੀ, ਉਸ ਦੇ ਵਿੱਚ ਵੀ ਆਖਿਆ ਕਿ ਸਰਾਸਰ ਨਿੰਦਣਯੋਗ ਹੈ, ਸਾਡੇ ਸੁਪਰੀਮੋ ਦੇ ਨਾਲ ਧੱਕਾ ਹੋ ਰਿਹਾ। ਉਹਨਾਂ ਨੇ ਫੇਸਬੁੱਕ ਦੇ ਉੱਤੇ 5 ਦਿਨ ਪਹਿਲਾਂ ਇੱਕ ਪੋਸਟ ਵੀ ਪਾਈ ਜਿਸ ਵਿੱਚ ਉਹਨਾਂ ਨੇ ਲਿਖਿਆ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਉੱਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀ ਗ੍ਰਿਫਤਾਰੀ ਦੇ ਵਿਰੁੱਧ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿੱਚ ਹੋਏ ਰੋਸ ਪ੍ਰਦਰਸ਼ਨ ਦੇ ਵਿੱਚ ਵੀ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਕੇਂਦਰ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਤੇ ਮੰਗ ਕੀਤੀ ਕਿ ਸਾਡੇ ਹਰਮਨ ਪਿਆਰੇ ਤੇ ਇਮਾਨਦਾਰ ਨੇਤਾ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਹਨਾਂ ਸਾਰੀਆਂ ਗਤੀਵਿਧੀਆਂ ਤੋਂ ਬਾਅਦ ਅੱਜ ਦਿਨ ਇੱਥੇ ਆਇਆ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਭਾਜਪਾ ਦਾ ਪੱਲਾ ਫੜ ਲਿਆ ਤੇ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕੀਤੀ। ਹਾਲਾਂਕਿ ਇੱਕ ਚਿਹਰਾ ਨਹੀਂ ਹੈ ਇਹਨਾਂ ਦਿਨਾਂ 'ਚ ਕਾਂਗਰਸ ਪਾਰਟੀ ਦੇ ਮੌਜੂਦਾ MP ਵੀ, ਚਾਹੇ ਪਿਛਲੇ ਦਿਨ 'ਚ ਰਵਨੀਤ ਸਿੰਘ ਬਿੱਟੂ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਤੇ ਹੋਰ ਗੱਲਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਗਤੀਵਿਧੀਆਂ, ਉਹਨਾਂ ਵਿੱਚੋਂ ਇਕਲੌਤੇ ਲੋਕ ਸਭਾ ਮੈਂਬਰ ਜਿਹੜੇ ਸਨ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ, ਪਹਿਲਾਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਤੇ ਹੁਣ ਆਮ ਆਦਮੀ ਪਾਰਟੀ ਤੋਂ ਭਾਜਪਾ ਵੱਲ ਰੁਖ ਕਰ ਗਏ ਨੇ ਤੇ ਹੁਣ ਇਸ ਦੇ ਬਾਰੇ, ਅਜਿਹੇ ਫੈਸਲਿਆਂ ਦੇ ਬਾਰੇ, ਸਿਆਸੀ ਫੈਸਲੇ ਕੀ ਮਜਬੂਰੀ 'ਚ ਲਏ ਜਾ ਰਹੇ ਨੇ ਜਾਂ ਵਜ੍ਹਾ ਕੋਈ ਹੋਰ ਹੈ,
ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਤੁਸੀਂ ਆਪਣੀ ਸਮਝ ਦੇ ਮੁਤਾਬਕ ਆਪਣੇ ਆਪਣੀ ਰਾਏ ਆਪਣੇ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ ਅਤੇ ਬਣੇ ਰਹੋ ABC ਪੰਜਾਬ ਦੇ ਨਾਲ।